ਸਸਿਕਾ ਦੋਸਤੋ ਮੈਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ ਅੱਜ ਇਸ ਵੀਡੀਓ ਦੇ ਵਿੱਚ ਲੇਟੈਸਟ ਅਪਡੇਟ ਰਿਕਰੂਟਮੈਂਟ ਦੇ ਨਾਲ ਸੰਬੰਧਿਤ ਲੈ ਕੇ ਆਏ ਹਾਂ ਤਾਂ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਤੋ ਇਸ ਇਨਾਰੀ ਜੋ ਲੇਟੈਸਟ ਅਪਡੇਟ ਹੈ ਰਿਕਰੂਟਮੈਂਟ ਨਾਲ ਸੰਬੰਧਿਤ ਉਹ ਸ਼ੁਰੂ ਕਰਦੇ ਹਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਨੈਸ਼ਨਲ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ 18 ਅਸਾਮੀਆਂ ਜੋ ਪੀਐਨ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ ਔਰ ਜੋ ਕਿ ਡਿਸਟ੍ਰਿਕਟ ਪਠਾਨਕੋਟ ਤੇ ਡਿਸਟ੍ਰਿਕਟ ਗੁਰਦਾਸਪੁਰ ਦੇ ਲਈ ਅਸਾਮੀਆਂ ਹਨ ਔਰ ਇਸ ਦੀ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਓਏ ਜੀ ਮਿਨੀਮਮ ਐਂਡ ਮੈਕਸਿਮਮ 12th ਸਟੈਂਡਰਡ ਪਲੱਸ 2 ਪਾਸ ਇਹਦੀ ਬੇਸਿਕ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਪਲੱਸ 2 11th ਤੱਕ ਜੋ ਕੈਂਡੀਡੇਟ ਹੈ ਅਪਲਾਈ ਕਰ ਸਕਦੇ ਆ ਔਰ ਇਸ ਦੇ ਵਿੱਚ ਮੈਂਸ਼ਨ ਕੀਤਾ ਕਿ ਗ੍ਰੈਜੂਏਟ ਕੈਂਡੀਡੇਟਸ ਆਰ ਨਾਟ ਐਲੀਜੀਬਲ ਜੋ ਬੱਚੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਉਹ ਇਸ ਪੋਸਟ ਲਈ ਐਲੀਜੀਬਲ ਨਹੀਂ ਹਨ ਇਸ ਪੋਸਟ ਵਾਸਤੇ ਐਲੀਜੀਬਲ 12th ਸਟੈਂਡਰਡ ਤੱਕ ਜੋ ਕੈਂਡੀਡੇਟ ਹੈ ਉਹ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਨੈਕਸਟ ਇਸ ਦਾ ਜੋ ਏਜ ਦਾ ਕ੍ਰਾਈਟੇਰੀਆ ਇਜ਼ ਇਕ ਇਕ 2020 2022 ਤੱਕ ਜੋ ਏਜ ਹੈ 18 ਸਾਲ ਤੋਂ ਲੈ ਕੇ 24 ਸਾਲ ਦੇ ਵਿੱਚ ਏਜ ਹੋਣੀ ਚਾਹੀਦੀ ਹੈ 18 ਸਾਲ ਤੋਂ ਲੈ ਕੇ 24 ਸਾਲ ਤੱਕ ਉਸ ਤੋਂ ਬਾਅਦ ਹੈ ਅ ਨੈਕਸਟ ਜੋ ਇਸ ਵਿੱਚ ਰਿਲੈਕਸੇਸ਼ਨ ਮਿਲਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਐਸ ਸੀ ਤੇ ਐਸ ਸੀ ਕੈਟਾਗਰੀ ਨੂੰ 5 ਇਅਰ ਦੀ ਉਸ ਤੋਂ ਬਾਅਦ ਫਿਜ਼ੀਕਲ ਹੈਂਡੀਕੈਪਟ ਨੂੰ 15 ਸਾਲ ਦੀ ओबीसी ਨੂੰ 3 ਸਾਲ ਦੀ ਔਰ ओबीसी ਫਿਜ਼ੀਕਲ ਹੈਂਡੀਕੈਪਟ ਹੈ ਉਹਨੂੰ 13 ਸਾਲ ਦੀ ਔਰ ਜਿਵੇਂ ਕਿ ਐਜ਼ ਗਵਰਨਮੈਂਟ ਪਰ ਰੂਲ ਜੋ ਰਿਲੈਕਸੇਸ਼ਨ ਮਿਲਦੀ ਹੈ ਉਹ ਐਜ਼ ਕੈਟਾਗਰੀ ਦੇ ਅਕੋਰਡਿੰਗ ਰਿਲੈਕਸੇਸ਼ਨ ਮਿਲੇਗੀ ਹੁਣ ਅਸੀਂ ਦੇਖਦੇ ਹਾਂ ਜੀ ਜੋ ਟੋਟਲ ਅਸਾਮੀਆਂ ਹੈ ਉਸ ਵਿੱਚ ਰਿਜ਼ਰਵੇਸ਼ਨ ਆਫ ਦਾ ਪੋਸਟ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕੈਟਾਗਰੀ ਔਰ ਡਿਸਟ੍ਰਿਕਟ ਇੱਕ ਪਠਾਨਕੋਟ ਔਰ ਡਿਸਟ੍ਰਿਕਟ ਗੁਰਦਾਸਪੁਰ ਦੇ ਵਾਸਤੇ ਅਸਾਮੀ ਹੈ ਜਿਸ ਦੇ ਵਿੱਚ ਸ਼ਡਿਊਲ ਕਾਸਟ ਪਠਾਨਕੋਟ ਡਿਸਟ੍ਰਿਕਟ ਚ ਇੱਕ ਅਸਾਮੀ ਹੈ ਗੁਰਦਾਸਪੁਰ ਦੇ ਵਿੱਚ ਚਾਰ ਅਸਾਮੀ ਹੈ ਔਰ ਟੋਟਲ ਪੰਜ ਅਸਾਮੀ ਹੋ ਗਈਆਂ ਸ਼ਡਿਊਲਡ ਟ్రਾਈਬ ਦੀ ਕੋਈ ਵੀ ਅਸਾਮੀ ਨਹੀਂ ਹੈ ਇਹਨਾਂ ਦੇ ਡਿਸਟ੍ਰਿਕਟ ਦੇ ਵਿੱਚ ਨੈਕਸਟ ਹੈ ਅਦਰ ਬੈਕਵਰਡ ਕਲਾਸ ਦੇ ਵਿੱਚ ਦੋ ਅਸਾਮੀਆਂ ਤੇ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਦੋ ਹੈ ਔਰ ਟੋਟਲ ਅਸਾਮੀਆਂ ਚਾਰ ਬਣ ਗਈਆਂ ਇਕਨੋਮਿਕਲ ਵੀਕਰ ਸੈਕਸ਼ਨ ਦੀ ਹੈ ਪਠਾਨਕੋ ਡਿਸਟ੍ਰਿਕਟ ਚ ਇੱਕ ਹੈ ਤੇ ਗੁਰਦਾਸਪੁਰ ਡਿਸਟ੍ਰਿਕਟ ਚ ਇੱਕ ਹੈ ਟੋਟਲ ਦੋ ਹੋ ਗਈਆਂ ਅਨ ਰਿਜ਼ਰਵਡ ਪਠਾਨਕੋ ਡਿਸਟ੍ਰਿਕਟ ਚ ਦੋ ਹੈ ਔਰ ਗੁਰਦਾਸਪੁਰ ਡਿਸਟ੍ਰਿਕਟ ਚ ਪੰਜ ਅਸਾਮੀਆਂ ਔਰ ਟੋਟਲ ਹੈ ਗਈਆਂ ਜੀ ਸੱਤ ਅਸਾਮੀਆਂ ਔਰ ਇਹ ਤੁਸੀਂ ਅਗਰ ਇਹਨਾਂ ਦਾ ਸਾਰਿਆਂ ਦਾ ਟੋਟਲ ਕਰਦੇ ਹੋ ਤਾਂ ਇਸ ਦਾ ਟੋਟਲ ਬਣ ਜਾਏਗਾ ਜੀ 18 ਅਸਾਮੀਆਂ ਔਰ ਇਸ ਦੇ ਵਿੱਚ ਨੈਕਸਟ نیچے ਮੈਂਸ਼ਨ ਕੀਤਾ ਗਿਆ ਕਿ ਆਊਟ ਆਫ ਵਿਚ ਐਕਸ ਸਰਵਿਸਮੈਨ ਇਹਨਾਂ ਵਿੱਚੋਂ ਇੱਕ ਇੱਕ ਪੋਸਟ ਜਿਹੜੀ ਹੈ ਉਹ ਪਠਾਨਕੋਟ ਦੇ ਵਿੱਚ ਇੱਕ ਐਕਸ ਸਰਵਿਸਮੈਨ ਦੀ ਪੋਸਟ ਹੈ ਔਰ ਗੁਰਦਾਸਪੁਰ ਤੇ ਵਿੱਚ ਜੋ ਐਕਸ ਸਰਵਿਸਮੈਨ ਦੀ ਪੋਸਟ ਹੈ ਤਿੰਨ ਹੈਗੇ ਤੋ ਨੈਕਸਟ ਇਸ ਪੋਸਟ ਵਾਸਤੇ ਡਾਕੂਮੈਂਟ ਦੀ ਜੋ ਜ਼ਰੂਰਤ ਹੈ ਤੋ ਕੌਣ ਸੇ ਜੋ ਡਾਕੂਮੈਂਟ ਹੈ ਉਹ ਚਾਹੀਦੇ ਹੈ ਇਹ ਦੇਖ ਸਕਦੇ ਹੋ ਸਕਰੀਨ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਤੇ ਇੱਕ ਤੁਹਾਡੇ ਕੋਲ ਵੈਲਿਡ ਆਈਡੀ ਐਡਰੈਸ ਪ੍ਰੂਫ ਹੋਣਾ ਚਾਹੀਦਾ ਜਿਦੇ ਵਿੱਚ ਕੀ ਆਧਾਰ ਕਾਰਡ ਹੋ ਸਕਦਾ ভোটার ਕਾਰਡ ਹੋ ਸਕਦਾ ਪੈਨ ਕਾਰਡ ਹੋ ਸਕਦਾ ਪਾਸਪੋਰਟ ਡਰਾਈਵਿੰਗ ਲਾਇਸੈਂਸ ਇਹਨਾਂ ਵਿੱਚ ਕੋਈ ਇੱਕ ਐਡੈਕਟਿਵ ਪ੍ਰੂਫ ਜਾਂ ਡਰੈਸ ਪ੍ਰੂਫ ਹੋਣਾ ਚਾਹੀਦਾ ਨੈਕਸਟ ਹੈ ਡੇਟ ਆਫ ਬਰਥ ਦਾ ਸਰਟੀਫਿਕੇਟ ਹੋਣਾ ਚਾਹੀਦਾ ਨੈਕਸਟ ਸਰਟੀਫਿਕੇਟ ਜਾਂ ਮੈਟ੍ਰਿਕ ਦਾ ਸਰਟੀਫਿਕੇਟ ਪਰੂਫ ਆਫ ਐਜੂਕੇਸ਼ਨ ਕੁਆਲੀਫਿਕੇਸ਼ਨ میٹرਿਕ ਤੋਂ ਲੈ ਕੇ 10+2 ਤੱਕ ਜੋ ਤੁਹਾਡਾ ਐਜੂਕੇਸ਼ਨ ਕੁਆਲੀਫਿਕੇਸ਼ਨ ਦਾ ਜੋ ਪ੍ਰੂਫ ਹੈ ਉਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਨੈਕਸਟ ਹੈ ਅਗਰ ਜਿਸ ਕਾਸਟ ਵਿੱਚ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਸ ਕਾਸਟ ਦਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਐਸਸੀ ਸਰਟੀਫਿਕੇਟ ਜਾਂ ਓਬੀਸੀ ਜਾਂ ਇਕਨੋਮਿਕਲ ਵੀਕਰ ਸੈਕਸ਼ਨ ਦਾ ਨੈਕਸਟ ਹੈ ਪ੍ਰੂਫ ਆਫ ਡੋਮੋਸਾਈਲ ਆਫ ਪਰਮਨੈਂਟ ਰੈਜ਼ੀਡੈਂਸ ਇਹ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਜਾਂ এমਪਲয়ਮੈਂਟ ਐਕਸਚੇਂਜ ਕਾਰਡ ਹੋਣਾ ਚਾਹੀਦਾ এমਪਲয়ਮੈਂਟ ਐਕਸਚੇਂਜ ਇਨਰੋਲਮੈਂਟ ਕਾਰਡ ਹੋਣਾ ਚਾਹੀਦਾ ਜਾਂ ਤੁਹਾਡੇ ਕੋਲ ਡੋਮੋਸਾਈਲ ਪ੍ਰੂਫ ਪਰਮਨੈਂਟ ਐਡਰੈਸ ਦੋਨਾਂ ਵਿੱਚ ਕੋਈ ਇੱਕ ਚੀਜ਼ ਹੋਣੀ ਚਾਹੀਦੀ ਜਾਂ ਰੀਸੈਂਟ ਪਾਸਪੋਰਟ ਸਾਈਜ਼ ਕਲਰਡ ਫੋਟੋਗ੍ਰਾਫਸ ਨੈਕਸਟ ਹੈ ਕਿ ای ਡਬਲਯੂ ਐਸ ਕੈਟਾਗਰੀ ਦਾ ਜੋ ਸਰਟੀਫਿਕੇਟ ਹੈ ਉਹ ਇਸ਼ੂ ਹੋਣਾ ਚਾਹੀਦਾ ਹੈ ਕੰਪੀਟੈਂਟ ਅਥਾਰਟੀ ਤੋਂ ਔਰ ਜਿਸ ਦਾ ਗਵਰਨਮੈਂਟ ਆਫ ਇੰਡੀਆ ਦਾ ਜੋ ਨੰਬਰ ਹੈ ਇਸ ਅਕੋਰਡਿੰਗ ਤੁਹਾਡਾ ਜੁਆ ਹੈ ਉਹ ਇਕਨੋਮਿਕਲ ਵੀਕਲ ਸੈਕਸ਼ਨ ਦਾ ਜੋ ਸਰਟੀਫਿਕੇਟ ਹੈ ਬਣਿਆ ਹੋਣਾ ਚਾਹੀਦਾ ਹੈ ਮਿਨਿਸਟਰੀ ਆਫ ਪਰਸਨਲ ਪਬਲਿਕ ਗ੍ਰੀਵੈਂਸ ਐਂਡ ਪੈਨਸ਼ਨ ਡਿਪਾਰਟਮੈਂਟ ਡੇਟਿਡ ਇਸ ਡੇਟ ਦੇ ਅਕੋਰਡਿੰਗ ਤੁਹਾਡਾ ਜੁਆ ਹੈ ਬਣਿਆ ਹੋ ਜਾਂਦਾ 31 1 2019 ਦਾ ਨੈਕਸਟ ਹੈ ਜੀ ਡੋਮੋਸਾਈਲ अलीजिबल कैंडिडेट शुड बी डोमोसाइल ऑफ द डिस्ट्रिक ऑफ विच वकेंसी है नोटिफाइड पब्लिश कैंडिडेट आर रिक्वायर टू सबमिट सेल्फ टेस्टेड कॉपी ऑफ प्रूफ ऑफ डेमोसाइल और रजिस्ट्रेशन विद द डिस्ट्रिक इंप्लॉयमेंट एक्सचेंज या तो जिस डिस्ट्रिक्टी तो अप्लाई करना चाहते हो जिस डिस्ट्रिक्ट हो उसका ਰਜਿਸਟ੍ਰੇਸ਼ਨ ਹੋਣੀ ਚਾਹੀਦੀ ਐਂਪਲੋਇਮੈਂਟ ਐਕਸਚੇਂਜ ਦੀ ਜਾਂ ਤੁਹਾਡੇ ਕੋਲ 셀ਫ ਟੈਸਟਡ ਕਾਪੀ ਹੋਣੀ ਚਾਹੀਦੀ ਹੈ ਰੈਜ਼ੀਡੈਂਸ ਪ੍ਰੂਫ ਦੀ ਨੈਕਸਟ ਜੋ ਇਹ ਐਪਲੀਕੇਸ਼ਨ ਹੈ ਇਸ ਦਾ ਜੋ ਸਾਰਾ ਪ੍ਰੋਸੈਸ ਹੈ ਉਹ ਆਫਲਾਈਨ ਹੈ ਲਾਸਟ ਡੇ ਟੂ ਰੀਸੀਵ ਦਾ ਐਪਲੀਕੇਸ਼ਨ ਇਹ ਜੋ ਐਪਲੀਕੇਸ਼ਨ ਦੇ ਵਿੱਚ ਤੁਸੀਂ ਡਰੈਸ ਮਾਰਕ ਕਰਨਾ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਡਿਪਟੀ ਸਰਕਲ ਹੈੱਡ ਐਚ ਆਰਡੀ ਸੈਕਸ਼ਨ ਸਰਕਲ ਆਫਿਸ ਪਠਾਨਕੋਟ ਪੰਜਾਬ ਨੈਸ਼ਨਲ ਬੈਂਕ ਸੈਲੀ ਰੋਡ ਨੀਅਰ ਕਲ ਨੀਅਰ ਕਮਲ ਸੂਟਸ ਸ਼ਾਪ ਪਠਾਨਕੋਟ ਡਿਸਟ੍ਰਿਕਟ ਪਠਾਨਕੋਟ ਜਿਸ ਦਾ ਪਿੰਨ ਕੋਡ ਹੈ 145001 ਹੋਰੇ ਜੋ ਐਪਲੀਕੇਸ਼ਨ ਤੁਹਾਡੀ 15 ਮਾਰਚ ट्वेंटी ट्वेंटी टू तो पहला पहला जी एप्लीकेशन है ए, बाई पोस्ट रजिस्टर्ड पोस्ट के राही पहुँच जानी चाहिए तो इस, दे नाली, इस दे नीचे फॉर्मेट देता है ये फॉर्मेट तो उसी टाइप करा के तो एप्लीकेशन इस एड्रैस से तीन तो पोस्ट कर सकते हो जो ड्रैस असी रीड किया कि डिप्टी सर्कल हैड एच आर डी सैक्शन ਸਰਕਲ ਆਫ ਇਸ ਪਠਾਨਕੋਟ ਪੰਜਾਬ ਨੈਸ਼ਨਲ ਬੈਂਕ ਸੈਲੀ ਰੋਡ ਨੀਅਰ ਕਮਲ ਸਟਰੀਟਸ ਸ਼ਾਪ ਪਠਾਨਕੋਟ ਡਿਸਟ੍ਰਿਕਟ ਪਠਾਨਕੋਟ ਔਰ ਜਿਸ ਦਾ ਪਿੰਨ ਕੋਡ ਹੈ 145001 ਇਹ 15 ਮਾਰਚ ਤੋਂ ਪਹਿਲਾ ਪਹਿਲਾ ਤੁਸੀਂ ਇਹ ਐਪਲੀਕੇਸ਼ਨ ਆਪਣੀ ਰਜਿਸਟਰਡ ਪੋਸਟ ਨੇ ਰਾਹੀਂ ਜੋ ਹੈ ਇੱਥੇ ਪੋਸਟ ਕਰ ਸਕਦੇ ਹੋ ਉਸ ਤੋਂ ਬਾਅਦ ਇਹ ਐਪਲੀਕੇਸ਼ਨ ਫਾਰਮੈਟ ਹੈ ਜੋ ਤੁਸੀਂ A4 ਸਾਈਜ਼ ਦੇ ਟਾਈਪ ਕਰਵਾ ਕੇ ਇਹ ਫਾਰਮ ਨੂੰ ਕੰਪਲੀਟ ਕਰ ਸਕਦੇ ਹੋ सब तो उपर दिख सकते हो तीस स्क्रीन पर कि एप्लीकेशन फॉर द पोस्ट ऑफ पीएन इन स्पोर्डिनेट कैडर इन द पठान कोर्ट सर्कल ऑफ द पंजाब नैशनल बैंक और सब तो पहला आ जाएगा जी कैंडिडेट का नेम फादर नेम डेट ऑफ बर्थ एजुकेशन क्वालिफिकेशन कैटागरी नेम ऑफ इम्पलॉयमेंट एक्सचेंज या रजिस्ट्रेशन नंबर इम्पलॉयमेंट एक्सचेंज का परमानेंट ड्रैस कोरसपोंडेंस ड्रैस डोमोसाइल्स पठानकोट दुरदासपुर जितथों का कैंडिडेट रहने वाला है, है, रहन है उसके अकोर्डिंग जिस पोस्ट वास्ते उसने अप्लाई करना है उसद ईमेल आई डी और राइट साइड फोटो लगेगी बेस्ट रीजेंट कलर पासपोर्ट साइज फोटो तो नीचे डिकलेशन है प्लीज डेट और सिग्नेचर ऑफ द एप्लीकेंट ये तो परफॉर्माप्लीट करके ਇਸ ਪ੍ਰੋਸੈਸ ਨੂੰ ਕੰਪਲੀਟ ਕਰ ਸਕਦੇ ਹੋ। ਤੋਂ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰਨਾ। ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ। ਜੈ ਹਿੰਦ।